ਭਾਰਤ ਨੂੰ ਆਪਣੀ ਨਵੀਂ ਮਸਤੀ ਵਾ 2023 ਮਿਲ ਗਈ ਹੈ, ਜੋ 72ਵੇਂ ਮਿਸ ਯੂਨੀਵਰਸ ਮੁਕਾਬਲੇ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਅਤੇ ਚੰਡੀਗੜ੍ਹ ਦੀ ਸ਼ਵੇਤਾ ਸ਼ਾਰਦਾ ਨੇ ਬੀਤੀ ਰਾਤ ਮੁੰਬਈ ਦੇ ਵਿੱਚ ਆਯੋਜਿਤ ਮਿਸ ਦੀਵਾ ਸੁਪਰ ਨੈਸ਼ਨਲ ਮੁਕਾਬਲੇ ਦੇ ਵਿੱਚ ਖਿਤਾਬ ਜਿੱਤਿਆ। ਅਤੇ ਤੁਹਾਨੂੰ ਦੱਸ ਦਈਏ ਕਿ ਸਟਾਰ ਸਟੇਜ ਨਾਈਟ ਦੇ ਵਿੱਚ ਸ਼ਵੇਤਾ ਨੇ ਕਈ ਹੋਰ ਸੁੰਦਰੀਆਂ ਨੂੰ ਪਛਾੜ ਕੇ ਇਹ ਅਵਾਰਡ ਜਿੱਤਿਆ। ਦੀਵਾ ਯੂਨੀਵਰਸ 2022 ਦਿਵਤਾ ਰਾਏ ਨੇ ਸ਼ਵੇਤਾ ਨੂੰ ਮਿਸ ਦੀਵਾ 2023 ਦਾ ਤਾਜ ਪਹਿਨਾਇਆ। ਅਤੇ ਜਿੱਥੇ ਇਸ ਮੁਕਾਬਲੇ ਦੇ ਵਿੱਚ ਪੰਜਾਬੀ ਕੁੜੀ ਸ਼ਵੇਤਾ ਮਿਸ ਦੀਵਾ ਬਣੀ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ ਦੀ ਸੋਨਲ ਕੁਕਰੇਜਾ ਮਿਸ ਦੀਵਾ ਸੁਪਰ ਨੈਸ਼ਨਲ 2023 ਅਤੇ ਕਰਨਾਟਕ ਦੀ ਤ੍ਰਿਸ਼ਾ ਸ਼ੈਟੀ ਮਿਸ ਦੀਵਾ 2023 ਦੀ ਰਨਰ ਅਪ ਬਣੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਵੇਤਾ ਸ਼ਾਰਦਾ ਚੰਡੀਗੜ੍ਹ ਪੰਜਾਬ ਦੀ ਰਹਿਣ ਵਾਲੀ ਹੈ। ਉਸਦਾ ਪਾਲਣ ਪੋਸ਼ਣ ਆਪਣੀ ਮਾਂ ਨੇ ਕੀਤਾ, ਉਸਦੀ ਮਾਂ ਉਸਦੀ ਪ੍ਰੇਰਣਾ ਹੈ ਅਤੇ ਸ਼ਵੇਤਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ 16 ਸਾਲ ਦੀ ਉਮਰ ਦੇ ਵਿੱਚ ਮਾਇਆ ਨਗਰੀ ਚਲੀ ਗਈ ਸੀ। ਉਹ TID ਡਾਂਸ ਦੀਵਾਨੇ ਅਤੇ ਡਾਂਸ ਪਲੱਸ ਵਰਗੇ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਝਲਕ ਦੇ ਖਿਲਾਜਾ 'ਚ ਵੀ ਬਤੌਰ ਕੋਰੀਓਗ੍ਰਾਫਰ ਨਜ਼ਰ ਆ ਚੁੱਕੀ ਹੈ। ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੈਨ ਨੂੰ ਆਪਣਾ ਰੋਲ ਮਾਡਲ ਮੰਨਣ ਵਾਲੀ ਸ਼ਵੇਤਾ ਨੇ ਆਪਣੇ ਪਿਛਲੇ ਕਈ ਇੰਟਰਵਿਊਜ਼ 'ਚ ਕਿਹਾ ਹੈ ਕਿ ਸੁਸ਼ਮਿਤਾ ਸੈਨ ਦੇ ਬੋਲਾਂ ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ। ਉਸਨੇ ਇਕੱਲੇ ਆਪਣੇ ਲਈ ਇੱਕ ਵੱਖਰੀ ਪਛਾਣ ਬਣਾਈ ਹੈ। ਸ਼ਵੇਤਾ ਦਾ ਇਹ ਵੀ ਮੰਨਣਾ ਹੈ ਕਿ ਸਮਾਜ ਅਤੇ ਦੇਸ਼ ਉਦੋਂ ਹੀ ਤਰੱਕੀ ਕਰ ਸਕਦੇ ਨੇ ਜਦੋਂ ਔਰਤਾਂ ਪੜ੍ਹੀਆਂ ਲਿਖੀਆਂ ਹੋਣ। ਸਿਰਫ ਸਿੱਖਿਆ ਹੀ ਵਿਅਕਤੀ ਨੂੰ ਆਤਮ ਵਿਸ਼ਵਾਸ ਅਤੇ ਆਤਮ ਨਿਰਭਰ ਬਣਾਉਂਦੀ ਹੈ। ਇਸ ਲਈ ਉਹਨਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਲੜਕੀਆਂ ਪੜ੍ਹੇ ਲਿਖੇ ਅਤੇ ਆਤਮ ਨਿਰਭਰ। ਸ਼ਵੇਤਾ ਨੇ ਵੀ ਕਿਹਾ ਹੈ ਕਿ ਅਭੀ ਲਈ ਸਭ ਤੋਂ ਮਾਣ ਵਾਲਾ ਪਲ ਸੀ ਜਦੋਂ ਉਸਨੂੰ ਡਾਂਸਿੰਗ ਦੀਵਾ ਮਾਧੁਰੀ ਦੀਕਸ਼ਿਤ ਤੋਂ ਡਾਂਸ ਸਿੱਖਣ ਦਾ ਮੌਕਾ ਮਿਲਿਆ।